ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵੀ ਤੇ ਜੋਬ ਅਲਰਟ ਤੇ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਪੈਨਸ਼ਨਰਾਂ ਦੇ ਨਸਬੰਧਤ ਹੈ ਪੈਨਸ਼ਨਰਾਂ ਦੀ ਕੈਟਾਗਰੀ ਹੈ ਕਿੰਨਾ-ਕਿੰਨਾ ਨੂੰ ਫਾਇਦਾ ਹੋਏਗਾ 7800 ਮਹੀਨੇ ਦਾ ਜੋ ਵਧਾਉਣ ਦੀ ਗੱਲ ਕਹੀ ਗਈ ਹੈ ਸੋ ਡੀਏ ਪਹਿਲਾਂ ਹੀ ਵਧਾ ਦਿੱਤਾ ਗਿਆ ਹੈ ਪੂਰੀ ਜਾਣਕਾਰੀ ਅਤੇ ਹੋਰ ਜੋ ਨਵੀਆਂ ਅਪਡੇਟਸ ਨੇ ਇਸੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਹਰ ਇੱਕ ਅਪਡੇਟ ਦਾ ਸਮੇਂ ਸਿਰ ਨੋਟੀਫਿਕੇਸ਼ਨ ਮਿਲਦਾ ਰਹੇ ਤਾਂ ਸ਼ੇਅਰ ਕਰਦੇ ਹਾਂ ਜੀ ਪ ਸਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਪੱਤਾ ਰਿਲੀਜ਼ ਹੋਣ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਨੇ ਸਰਕਾਰੀ ਸੇਵਾ ਤੋਂ ਇਲਾਵਾ ਪੈਨਸ਼ਨਰਾਂ ਦੀ ਮਹਿੰਗਾਈ ਰਾਹਤ ਵਧਾਉਣ ਦਾ ਐਲਾਨ ਕੀਤਾ ਹੈ ਇਹਨਾਂ ਪੈਨਸ਼ਨਰਾਂ ਦੀ ਡੀਆਰ ਅਜੇ 15% ਚੱਲ ਰਹੀ ਹੈ ਕੋਵਿਡ ਮਹਾਮਾਰੀ ਕਾਰਨ ਮਹਿੰਗਾਈ ਰਾਹਤ ਵਿੱਚ ਵਾਧੇ ਦੇ ਜਿਹੜੀ ਉਹ ਪਹਿਲਾਂ ਰੋਕ ਲੱਗ ਗਈ ਸੀ ਭਾਰਤ ਸਰਕਾਰ ਵਿੱਚ ਡਾਇਰੈਕਟਰ ਮੀਨੂ ਬੱਤਰਾ ਦੇ ਹੁਕਮਾਂ ਮੁਤਾਬਕ ਫਰੀਡਮ ਫਾਈਟਰ ਪੈਨਸ਼ਨਰਜ਼ ਯਾਨੀ ਕਿ ਆਜ਼ਾਦੀ ਕੁਲਾਟੀਏ ਉਨ੍ਹਾਂ ਤੇ ਨਿਰਪਰ ਜਾਂ ਉਹਨਾਂ ਦੀਆਂ ਬੇਟੀਆਂ ਦੀ ਡੀਆਰ 15% ਤੋਂ ਵਧਾ ਕੇ 26% ਕੀਤੀ ਜਾ ਰਹੀ ਹੈ ਇਹ ਮਗਾ ਹੀ ਰਾਹਤ ਹਰ ਕੈਟਾਗਰੀ ਦੇ ਪੈਨਸ਼ਨਰਾਂ ਲਈ ਲਾਗੂ ਹੋਵੇਗੀ ਇਸ ਵਾਅਦੇ ਨਾਲ ਹਰੇਕ ਪੈਨਸ਼ਨਰ ਦੀ ਮਹੀਨੇ ਦੀ ਪੈਨਸ਼ਨ ਦੇ ਵਿੱਚ ਲਗਭਗ 7000 ਰੁਪਏ ਦਾ ਵਾਅਦਾ ਜਿਹੜਾ ਹੋਵੇਗਾ ਇਹ ਵਾਅਦਾ 1 ਜੁਲਾਈ 2021 ਤੋਂ ਲਾਗੂ ਹੋਵੇਗਾ ਇਸ ਤੋਂ ਇਲਾਵਾ ਇਹ ਇਹ ਪੈਨਸ਼ਨਰਾਂ ਨੂੰ ਇਹਨਾਂ ਦਾ ਫਾਇਦਾ ਮਿਲੇਗਾ ਇਹ ਸਾਰੀਆਂ ਕੈਟਾਗਰੀਜ਼ ਇਹਦੇ ਵਿੱਚ ਦਿੱਤੀਆਂ ਗਈਆਂ ਨੇ ਸੋ ਤੁਸੀਂ ਕੱਲੀ-ਕੱਲੀ ਕੈਟਾਗਰੀ ਵੀ ਰੀਡ ਕਰ ਸਕਦੇ ਹੋ ਜ ਜਿਹਦੇ ਵਿੱਚ ਫਰੀਡਮ ਫਾਈਟਰਸ ਆ ਜਾਂਦੇ ਨੇਗੇ ਇਹ ਸਾਰੀ ਡਿਟੇਲ ਹੈ ਜਿਹੜੀ ਇੱਥੇ ਇਹਨਾਂ ਨੇ ਦਿੱਤੀ ਹੋਈ ਹੈ ਸੋ ਕੈਟਾਗਰੀ ਦੇ ਪੈਨਸ਼ਨਰਾਂ ਦੀ ਪੈਨਸ਼ਨਰ ਵਿੱਚ ਇਜ਼ਾਫਾ ਹੋਇਆ ਹੈ ਇਹਨਾਂ ਦੀ ਪੈਨਸ਼ਨ ਲੜੀਵਾਰ 30000 ਤੋਂ ਵਧਾ ਕੇ 37800 ਰੁਪਏ ਮਹੀਨਾ 28000 ਤੋਂ ਵਧਾ ਕੇ 35280 ਰੁਪਏ ਮਹੀਨਾ 26000 ਤੋਂ ਵਧਾ ਕੇ 32760 ਰੁਪਏ ਮਹੀਨਾ ਜਿਹੜੀ ਹੋ ਗਈ ਸੋ ਇਹਨਾਂ ਦੇ ਉੱਪਰ ਡਿਪਾਰਟਮੈਂਟ ਦੇ ਦੇਖ ਸਕਦੇ ਹਾਂ ਵਲਾਜ਼ਮ ਕਹਿ ਸਕਦੇ ਹਾਂ ਕੈਟਾਗਰੀਆਂ ਕਹਿ ਸਕਦું ਕੈਟਾਗਰੀਆਂ ਦੇ ਹਿਸਾਬ ਨਾਲ ਇਹਨਾਂ ਨੇ ਵੇਰਵਾ ਜਿਹੜਾ ਇਹਦੇ ਵਿੱਚ ਦਿੱਤਾ ਹੋਇਆ ਸੋ ਅਲੱਗ-ਅਲੱਗ ਪੈਨਸ਼ਨਾਂ ਨੇ ਇਹ ਇਸ ਤੋਂ ਇਲਾਵਾ ਆਸ਼ਰਤਾਂ ਦੀ ਪੈਨਸ਼ਨ ਹੈ ਪੈਨਸ਼ਨਾਂ ਤੇ ਨਿਰਪਰਾਂ ਦੀ ਪੈਨਸ਼ਨ ਜੋ 13000 ਰੁਪਏ ਮਹੀਨੇ ਤੋਂ 15000 ਰੁਪਏ ਮਹੀਨਾ ਸੀ ਤਾਂ ਹੁਣ ਵੱਧ ਕੇ 16380 ਰੁਪਏ ਮਹੀਨੇ ਤੋਂ 18900 ਰੁਪਏ ਮਹੀਨਾ ਹੋ ਗਈ ਹੈ ਆਦੇਸ਼ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸੈਂਟਰ ਸਮਾਨ ਪੈਨਸ਼ਨ ਵਿੱਚ TDS ਨਹੀਂ ਲੱਗਦਾ ਹੈ। ਸੋ ਜੁਲਾਈ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਗਵਾਈ ਮੰਤਰੀ ਮੰਡਲ ਨੇ ਕੇਂਦਰੀ ਮੁਲਾਜ਼ਮਾਂ ਦੇ ਮਹंगाई ਭੱਤੇ ਤੇ ਜੋ ਰੋਕ ਲੱਗੀ ਹੋਈ ਸੀ ਉਸ ਨੂੰ ਹਟਾ ਦਿੱਤਾ ਗਿਆ ਸੀ। ਇਸ ਨਾਲ ਕੇਂਦਰੀ ਮੁਲਾਜ਼ਮਾਂ ਦਾ DA 11% ਤੋਂ ਵੱਧ ਕੇ 28% ਦਾ ਜਿਹੜਾ ਹੋ ਗਿਆ ਸੀ ਇਸ ਦੇ ਨਾਲ ਹੀ 48,34,000 ਕੇਂਦਰੀ ਮੁਲਾਜ਼ਮਾਂ ਅਤੇ 65,26,000 ਪੈਨਸ਼ਨਰਾਂ ਨੂੰ ਸਿੱਧਾ ਜਿਹੜਾ ਫਾਇਦਾ ਹੋਇਆ ਸੀ। ਸੋ ਇਹ ਪੈਨਸ਼ਨਰਾਂ ਨਾਲ ਸੰਬੰਧਿਤ ਅਪਡੇਟ ਹੈ। ਅਗਲੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਆਂ। ਅੱਗੇ ਗੱਲ ਕਰਦੇ ਹਾਂ ਸੁਪਰਵਾਈਜ਼ਰ ਦੀਆਂ ਅਸਾਮੀਆਂ ਦੇ ਸਬੰਧ ਵਿੱਚ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਚ ਜੌਬ ਕਰਨ ਦਾ ਸ਼ਾਨਦਾਰ ਜਿਹੜਾ ਮੌਕਾ ਹੈ ਪਜੀਸੀਆਈਐਲ ਨੇ ਫੀਲਡ ਇੰਜੀਨੀਅਰ ਤੇ ਫੀਲਡ ਸੁਪਰਵਾਈਜ਼ਰ ਦੀ ਪੋਸਟ ਤੇ ਭਰਤੀ ਲਈ ਇੱਕ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਕੀਤਾ ਇਸ ਤਹਿਤ ਜਿਹੜੇ ਉਮੀਦਵਾਰਾਂ ਇਹਨਾਂ ਔਦਿਆਂ 'ਤੇ ਆਨਲਾਈਨ ਅਪਲਾਈ ਕਰਨਾ ਚਾਹੁੰਦੇ ਨੇ ਉਹ ਅਪਲਾਈ ਕਰ ਸਕਦੇ ਨੇ ਅਪਲਾਈ ਕਰਨ ਲਈ ਉਮੀਦਵਾਰ ਨੂੰ ਅਧਿਕਾਰਤ ਵੈੱਬਸਾਈਟ ਤਾਂ ਇਹ ਇਹਨਾਂ ਦੀ ਵੈੱਬਸਾਈਟ ਹੈ powergridindia.com ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਉਥੇ ਵਿਨੇਕਾਰ ਧਿਆਨ ਦੇਣ ਕਿ ਇਹਨਾਂ ਅਹੁਦਿਆਂ ਤੇ ਅਪਲਾਈ ਕਰਨ ਦੀ ਆਖਰੀ ਤਰੀਕ 27 ਅਗਸਤ 2021 ਹੈ। ਉਮੀਦਵਾਰ ਧਿਆਨ ਦੇਣ ਕਿ ਲਾਸਟ ਡੇਟ ਬੀਤਣ ਤੋਂ ਬਾਅਦ ਕੋਈ ਵੀ ਅਪਲਾਈ ਫਾਰਮ ਮਨਜ਼ੂਰ ਹੈ ਜਿਹੜਾ ਉਹ ਨਹੀਂ ਕੀਤੇ ਜਾਣਗੇ। ਇਸ ਤੋਂ ਇਲਾਵਾ ਅਸਾਮੀਆਂ ਦੀ ਡਿਟੇਲ ਤੋਂ ਦੇਣਾ ਸ਼ੇਅਰ ਕਰ ਦਿੰਦੇ ਆ ਫੀਲਡ ਇੰਜੀਨੀਅਰ ਇਲੈਕਟ੍ਰੀਕਲ ਇਹਦੇ ਵਿੱਚ 48 ਪੋਸਟਾਂ ਨੇ। ਫੀਲਡ ਇੰਜੀਨੀਅਰ ਸਿਵਲ ਇਹਦੇ ਵਿੱਚ 17 ਪੋਸਟਾਂ ਨੇ। ਫੀਲਡ ਸੁਪਰਵਾਈਜ਼ਰ ਇਲੈਕਟ੍ਰੀਕਲ ਇਹਦੇ ਵਿੱਚ 50 ਪੋਸਟਾਂ ਨੇ। ਫੀਲਡ ਸੁਪਰਵਾਈਜ਼ਰ ਸਿਵਲ ਇਹਦੇ ਵਿੱਚ 22 ਪੋਸਟਾਂ ਨੇ। education qualification ਤੇ ਗੱਲ ਕਰੀਏ ਤਾਂ ਫੀਲਡ ਇੰਜੀਨੀਅਰ ਦੇ ਅਹੁਦਿਆਂ ਤੇ ਆਨਲਾਈਨ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਫਿਰ ਸੰਸਥਾ ਨਾਲ ਸਬੰਧਤ ਵਿਸ਼ੇ ਚ ਫੁੱਲ ਟਾਈਮ ਬੀਈ ਤੇ ਬੀਟੈਕ ਦੀ ਡਿਗਰੀ ਹੋਣੀ ਚਾਹੀਦੀ ਹੈ। ਉੱਥੇ ਫੀਲਡ ਇੰਜੀਨੀਅਰ ਦੇ ਅਹੁਦਿਆਂ ਤੇ ਆਨਲਾਈਨ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਹੈ 29 ਸਾਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਾਈਟ ਤੁਹਾਨੂੰ ਦੱਸ ਦਿੱਤੀ ਹੈ ਤਾਂ ਇਸ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਬਾਕੀ ਜੋ ਹੋਰ ਡਿਟੇਲ ਹੈ ਉਹ ਵੀ ਡਾਊਨਲੋਡ ਕਰ ਸਕਦੇ ਹੋ। ਅਗਲੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਅਗਲੀ ਜਾਣਕਾਰੀ ਇਹਨਾਂ ਦੀ ਫੀਸ ਦੀ ਫੀਲਡ ਇੰਜੀਨੀਅਰ ਇਲੈਕਟ੍ਰੀਕਲ ਸਿਵਲ ਇਹਦੇ ਵਿੱਚ 400 ਰੁਪਏ ਫੀਸ ਹੈ ਫੀਲਡ ਸੁਪਰਵਾਈਜ਼ਰ ਇਲੈਕਟ੍ਰੀਕਲ ਸਿਵਲ ਇਹਦੇ ਵਿੱਚ 300 ਰੁਪਏ ਫੀਸ ਹੈ ਜਿਹੜੀ ਇਹਦੇ ਵਿੱਚ ਮੈਂਸ਼ਨ ਕੀਤੀ ਹੋਈ ਹੈ ਸਿਲੈਕਸ਼ਨ ਪ੍ਰੋਸੈਸ ਕੀ ਹੈ ਉਮੀਦਵਾਰਾਂ ਦੀ ਸਿਲੈਕਸ਼ਨ ਪ੍ਰੀਖਿਆ ਤੇ ਇੰਟਰਵਿਊ ਦੇ ਆਧਾਰ ਤੇ ਕੀਤੀ ਜਾਏਗੀ ਫਾਈਨਲ ਟੈਸਟ ਵਿਸ਼ੁੱਧ ਰੂਪ ਚ ਫੀਲਡ ਇੰਜੀਨੀਅਰ ਲਈ ਇੰਟਰਵਿਊ ਫੀਲਡ ਨਿਗਰਾਨਾ ਲਈ ਸਕਰੀਨਿੰਗ ਟੈਸਟ ਪ੍ਰਦਰਸ਼ਨ ਦੇ ਆਧਾਰ ਤੇ ਕੱਢੀ ਜਾਵੇਗੀ ਉੱਥੇ ਹੀ ਇਸ ਭਰਤੀ ਨਾਲ ਜੁੜੀ ਜ਼ਿਆਦਾ ਜਾਣਕਾਰੀ ਲਈ ਉਮੀਦਵਾਰ ਜਿਹੜੀ ਇਹਨਾਂ ਦੀ ਵੈਬਸਾਈਟ ਤੇ ਵਿਜੀਟਾ ਜਿਹੜਾ ਕਰ ਸਕਦੇ ਆ ਅਗਲੀ ਅਪਡੇਟ ਸ਼ੇਅਰ ਕਰਦੇ ਆ ਜੂਪੀਐਸਸੀ ਦੇ ਨਾਲ ਸਬੰਧਤ ਹੈ ਜਿਨ੍ਹਾਂ ਨੇ ਕੈਲੰਡਰ ਹੈ ਜਿਹੜਾ ਉਹ ਜਾਰੀ ਕੀਤਾ ਹੈ ਪ੍ਰੀਖਿਆਵਾਂ ਦਾ ਸ਼ਡਿਊਲ ਹੈ ਜਿਹੜਾ ਉਹ ਜਾਰੀ ਕੀਤਾ ਹੈ 21 22 ਚ ਹੋਣ ਵਾਲੀਆਂ ਭਰਤੀ ਪ੍ਰੀਖਿਆਵਾਂ ਦਾ ਸ਼ਡਿਊਲ ਹੈ ਜਿਹੜਾ ਯੂਪੀਐਸਸੀ ਨੇ ਜਾਰੀ ਕਰ ਦਿੱਤਾ ਹੈ ਜਿਹੇ ਚ ਪ੍ਰੀਖਿਆ ਚ ਸ਼ਾਮਲ ਹੋਣ ਵਾਲੇ ਉਮੀਦਵਾਰ ਯੂਪੀਐਸਸੀ ਦੀ ਅਧਿਕਾਰਤ ਵੈਬਸਾਈਟ upsc.gov.in ਤੇ ਜਾ ਕੇ ਸ਼ੈਡਿਊਲ ਵੀ ਚੈੱਕ ਕਰ ਸਕਦੇ ਨੇ ਬਾਕੀ ਅਸੀਂ ਵੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਸੋ ਅਗਲੇ ਸਾਲ ਯੂਪੀਐਸਸੀ ਪ੍ਰੀਖਿਆ ਇੰਜੀਨੀਅਰਿੰਗ ਸੇਵਾ ਸ਼ੁਰੂਆਤੀ ਪ੍ਰੀਖਿਆ ਤੋਂ ਸ਼ੁਰੂ ਹੋਵੇਗੀ ਅਤੇ ਯੂਪੀਐਸਸੀ ਆਰਟੀ ਪ੍ਰੀਖਿਆ ਦੇ ਨਾਲ ਸਮਾਪਤ ਹੋਵੇਗੀ ਉੱਥੇ ਹੀ ਵਿਦਿਆਰਥੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਯੂਪੀਐਸਸੀ ਕੈਲੰਡਰ 2022 ਅਨੁਸਾਰ ਇੰਜੀਨੀਅਰਿੰਗ ਸੇਵਾ ਜੀਓ ਸਾਇੰਟਿਸਟ ਪ੍ਰੀਖਿਆਵਾਂ ਦਾ ਦੋਵੇਂ ਇੱਕ ਹੀ ਦਿਨ ਕਰਵਾਈਆਂ ਜਾਣ ਵਾਲੀਆਂ ਨੇ ਇਸ ਤੋਂ ਇਲਾਵਾ ਤਾਂ ਇਹ ਪ੍ਰੀਖਿਆਵਾਂ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ ਕਿਹੜੀ ਪ੍ਰੀਖਿਆ ਕਿਹੜੀ ਤਰੀਕ ਨੂੰ ਐਗਜ਼ਾਮ ਹੋਣ ਜਾ ਰਿਹਾ ਹੈ ਸੋ ਕੱਲਾ ਕੱਲਾ ਤੁਸੀਂ ਵੀ ਰੀਡ ਕਰ ਸਕਦੇ ਹੋ ਇਹ ਸਾਰੇ ਇਗਜ਼ਾਮ 2022 ਦੇ ਵਿੱਚ ਹੋਣ ਜਾ ਰਹੇ ਨੇ ਕੋਈ ਫਰਵਰੀ ਚ ਹੋਣ ਜਾ ਰਿਹਾ ਹੈ ਕੋਈ ਅਪ੍ਰੈਲ ਚ ਹੋਣ ਜਾ ਰਿਹਾ ਹੈ ਜੂਨ ਚ ਹੋਣ ਜਾ ਰਿਹਾ ਹੈ ਦੋ ਇਗਜ਼ਾਮ ਜੂਨ ਚ ਆਗੇ ਤਿੰਨ ਤੀਜਾ ਇਗਜ਼ਾਮ ਵੀ ਜੂਨ ਚ ਹੈ ਸੋ ਕੰਟੀਨਿਊ ਇਹ ਇਗਜ਼ਾਮ 2022 ਚ ਸਾਰੇ ਹੋਣ ਜਾ ਰਹੇ ਨੇ ਦਾ ਸੈਂਟਰ ਅਰਮਡ ਪੁਲਿਸ ਫੋਰਸ ਹੈ ਤਾਂ ਇਹਦਾ ਇਗਜ਼ਾਮ ਪਟਵਾਰੀ ਵਾਲੇ ਦਾ ਨਾ ਆ ਗਿਆ ਸੀਗਾ ਤਾਂ ਇਹ ਇਗਜ਼ਾਮ 7 ਅਗਸਤ ਨੂੰ ਹੋਣ ਜਾ ਰਿਹਾ ਹੈ ਐਨ ਡੀ ਐ ਐਨ ਇਹਦਾ ਸੈਕੰਡ ਐਗਜ਼ਾਮ ਹੈ ਜਿਹੜਾ ਅਤੇ CDS ਐਗਜ਼ਾਮ ਸੈਕੰਡ ਹੈ ਸਤੰਬਰ 4 2022 ਨੂੰ ਹੋਣ ਜਾ ਰਿਹਾ ਹੈ ਸਿਵਲ ਸਰਵਿਸ ਮੇਨ ਐਗਜ਼ਾਮ ਹੈ ਸਤੰਬਰ 16 2022 ਨੂੰ ਹੋਣ ਜਾ ਰਿਹਾ ਹੈ ਇੰਡੀਅਨ ਫੋਰੈਸਟ ਸਰਵਿਸ ਮੇਨ ਐਗਜ਼ਾਮ ਨਵੰਬਰ 20 2022 ਚ ਹੋਣ ਜਾ ਰਿਹਾ ਹੈ ਸੋ ਸਾਰੇ ਐਗਜ਼ਾਮ ਨੇ ਜਿਹੜੇ 2022 ਦੇ ਵਿੱਚ ਹਰ ਮਹੀਨੇ ਦੇ ਵਿੱਚ ਹੋਣ ਜਾ ਰਹੇ ਨੇ ਅਗਲੀ ਅਪਡੇਟ ਵੀ ਇਸ ਆਮੇ ਨਾਲ ਜੁੜੀ ਹੈ ਤਿੰਨ ਆਸਾਮੀਆਂ ਦੀ ਮੰਗ ਹੈ ਜਿਹੜੀ ਉਹ ਕੀਤੀ ਗਈ ਹੈ ਰਿਕਰੂਟਿੰਗ ਜ਼ੋਨ ਪੰਜਾਬ ਤੇ ਜੰਮੂ ਤੇ ਕਸ਼ਮੀਰ ਜਲੰਧਰ ਕੈਂਟ ਵੱਲੋਂ ਗਰੁੱਪ ਸੀ ਸਿਵਲ ਮੋਟਰ ਡਰਾਈਵਰ ਤੇ ਮਲਟੀਟਾਸਕਿੰਗ ਸਟਾਫ ਦੀਆਂ ਅਸਾਮੀਆਂ ਤੇ ਸਿੱਧੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਇਸ ਸਬੰਧੀ ਬੁਲਾਰੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਲਟੀਟਾਸਕਿੰਗ ਸਟਾਫ ਐਮਟੀਐਸ ਦੀਆਂ 3 ਤੇ ਸਿਵਲ ਮੋਟਰ ਡਰਾਈਵਰ ਸੀਐਮਡੀ ਦੀ ਇੱਕ ਅਸਾਮੀ ਤੇ ਭਰਤੀ ਕੀਤੀ ਜਾਣੀ ਹੈ ਐਮਟੀਐਸ ਦੀ ਇੱਕ ਅਸਾਮੀ ਏਆਰਓ ਪਟਿਆਲਾ ਵਿਖੇ ਐਸਟੀ ਸ਼੍ਰੇਣੀ ਲਈ ਰਾਖਮੀ ਰੱਖੀ ਗਈ ਹੈ ਜਦਕਿ ਐਮਟੀਐਸ ਦੀ ਇੱਕ ਅਸਾਮੀ ਏਆਰਓ ਸ਼੍ਰੀਨਗਰ ਵਿਖੇ ਐਸਸੀ ਸ਼੍ਰੇਣੀ ਲਈ ਰਾਖਮੀ ਹੈ ਤੇ ਏਆਰਓ ਅਮਰitsar ਵਿਖੇ ਐਮਟੀਐਸ ਦੀ ਇੱਕ ਅਸਾਮੀ ਜਨਰਲ ਕੈਟਾਗਰੀ ਨਾਲ ਸੰਬੰਧਿਤ ਹੈ ਇਸ ਤੋਂ ਇਲਾਵਾ ਹੈੱਡਕੁਆਟਰ ਰਿਕਰੂਟਿੰਗ ਜ਼ੋਨ ਜਲੰਧਰ ਵਿਖੇ ਸੀਐਮਡੀ ਦੀ ਇੱਕ ਅਸਾਮੀ ओबीसी ਸ਼੍ਰੇਣੀ ਲਈ ਹੈ ਜਿਹੜੀ ਉਹ ਰੱਖਮੀ ਰੱਖੀ ਗਈ ਹੈ ਸੋ ਉਹਨਾਂ ਨੇ ਦੱਸਿਆ ਕਿ ਇਹਨਾਂ ਅਸਾਮੀਆਂ ਲਈ ਹੈੱਡਕੁਆਟਰ ਰਿਕਰੂਟਿੰਗ ਜ਼ੋਨ ਪੰਜਾਬ ਤੇ ਜੰਮੂ ਕਸ਼ਮੀਰ ਜਲੰਧਰ ਕੈਂਟ ਦੇ ਦਫ਼ਤਰ ਵਿਖੇ 30 ਅਗਸਤ ਤੱਕ ਅਪਲਾਈ ਕੀਤਾ ਜਾ ਸਕਦਾ ਹੈ ਸੋ ਤਿੰਨ ਅਸਾਮੀਆਂ ਨੇ ਅਗਰ ਇਹਨਾਂ ਦੇ ਕੋਈ ਨੀਅਰ ਹੈ ਤਾਂ ਉਹ ਜ਼ਰੂਰ ਅਪਲਾਈ ਕਰ ਸਕਦਾ ਹੈ ਅਗਰ ਬਹੁਤ ਜ਼ਿਆਦਾ ਦੂਰੀ ਤਾਹੋਂ ਤਾਂ ਕੋਈ ਫਾਇਦਾ ਨਹੀਂ ਹੈ ਕਿਉਂਕਿ ਵਕੈਂਸੀਆਂ ਨਾ ਮਾਤਰੀ ਨੇ ਸੋ ਨੀਅਰ ਵਾਲੇ ਨੂੰ ਫਾਇਦਾ ਹੈ ਜਾਂ ਕੋਈ ਇਸ ਫੀਲਡ ਚ ਕੰਮ ਕਰ ਰਿਹਾ ਹੈ ਬਿਲਕੁਲ ਨਜ਼ਦੀਕ ਹੈ ਤਾਂ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕਦਾ ਹੈ ਸੋ ਇਹ ਹੁਣ ਤੱਕ ਦੀਆਂ ਸਾਰੀਆਂ ਅਪਡੇਟਸ ਸੀ ਬਾਕੀ ਅੱਗੇ ਜੋ ਅਪਡੇਟ ਆਏਗੀ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਇਸ ਤੋਂ ਇਲਾਵਾ ਕੰਟੀਨਿਊ ਪੰਜਾਬ ਪੁਲਿਸ ਦੇ ਇਗਜ਼ਾਮ ਲਈ ਕਲਾਸਾਂ ਜਿਹੜੀਆਂ ਚੱਲ ਰਹੀਆਂ ਨੇ ਸੋ 3 ਵਜੇ ਕਲਾਸ ਦਾ ਟਾਈਮ ਹੁੰਦਾ ਹੈ ਸਾਰੇ ਕਲਾਸ ਜਰੂਰ ਅਟੈਂਡ ਕਰਿਆ ਕਰੋ ਜਿੱਥੋਂ ਵੀ ਮਟੀਰੀਅਲ ਮਿਲਦਾ ਹੈ ਸਾਰਾ ਮਟੀਰੀਅਲ ਰੀਡ ਕਰੋ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਪਟਵਾਰੀ ਦਾ ਐਗਜ਼ਾਮ ਆਪਾਂ ਦੇਖ ਚੁੱਕੇ ਆ ਸੋ ਇਹ ਤੋਂ ਕਈ ਗੁਣਾ ਜ਼ਿਆਦਾ ਜਿਹੜਾ ਪੰਜਾਬ ਪੁਲਿਸ ਕਨਸਟੇਬਲ ਦੇ ਵਿੱਚ ਕੰਪੀਟੀਸ਼ਨ ਜਿਹੜਾ ਹੋਣ ਵਾਲਾ ਹੈ ਸੋ ਪਟਵਾਰੀ ਦਾ ਗ੍ਰੈਜੂਏਸ਼ਨ ਲੈਵਲ ਦਾ ਸੀ ਇਹ ਪਲੱਸ 2 ਲੈਵਲ ਦਾ ਹੈ ਸੋ ਆਪਾਂ ਆਪ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਨੀ ਆਪਣੇ ਵੇਰਜੁਗਾਰੀ ਹੈ ਕਿੰਨਾ ਯੂਥ ਹੈ ਜਿਹੜਾ ਇਹ ਐਗਜ਼ਾਮ ਦੇਣ ਜਾ ਰਿਹਾ ਸੋ ਪਹਿਲਾ ਐਗਜ਼ਾਮ ਹੈ ਅਗਰ ਪਹਿਲਾ ਫਿਜ਼ੀਕਲ ਹੁੰਦਾ ਤਾਂ ਗੱਲ ਹੋਰ ਹੋ ਜਾਂਦੀ ਹੈ ਕਿ ਹਰ ਇੱਕ ਤੋਂ ਫਿਜ਼ੀਕਲ ਕਲੀਅਰ ਨਹੀਂ ਹੁੰਦਾ ਸੋ ਐਗਜ਼ਾਮ ਹੈ ਐਗਜ਼ਾਮ ਸਾਰਿਆਂ ਨੂੰ ਸਾਰਿਆਂ ਨੂੰ ਜਿਹੜਾ ਮੌਕਾ ਮਿਲੇਗਾ ਐ ਇਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਹੋਏਗਾ ਮੈਡ ਬਣੇਗੀ ਮੈਟਰ ਦੇ ਹਿਸਾਬ ਨਾਲ ਉਮੀਦਵਾਰਾਂ ਨੂੰ ਬੁਲਾਇਆ ਜਾਏਗਾ ਸੋ ਨਾਲ ਦੀ ਨਾਲ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰ ਦਿਲਾਂਗੇ ਧੰਨਵਾਦ ਜੀ